ਉਹ ਕਹਿੰਦੇ ਵੀ ਇਹ ਬਰਬਾਦ ਹੋ ਗਿਆ ਕੁਝ ਕਹਿ ਦਿੰਦੇ ਵੀ ਇਹ ਪਰਿਵਾਰ ਨਾਲ ਟੁੱਟ ਗਿਆ ਹੋਣਾ ਉੱਥੋਂ ਤਾਂ ਇੱਥੇ ਆ ਕੇ ਬੈਠ ਗਿਆ ਹਨਾ ਤੇ ਕੋ ਸਾਡੀ ਆਦਤ ਆ ਪੰਜਾਬੀਆਂ ਦੀ ਆਦਤ ਆ ਸੋ ਕਿਸ ਤਰ੍ਹਾਂ ਤੱਕ ਸੋਨ ਨੂੰ ਕਾਫੀ ਮਿਲਦਾ ਇਹ ਸੋਨ ਨੂੰ ਮਿਲਿਆ ਪਰਵਾਹ ਤਾਂ ਨਹੀਂ ਕੀਤੀ ਇਹਦੀ ਕੀਤੀ ਪਰਵਾਹ ਨਹੀਂ ਜੀ ਮੈਂ ਕਰਦਾ ਕਿਸੇ ਦੀ ਕਿਉਂ ਜਦੋਂ ਤੱਕ ਮੈਂ ਜਿੰਨੀ ਕੁ ਜ਼ਿੰਦਗੀ ਕੱਢੀ ਆ ਆਪਦੀ ਮਰਜ਼ੀ ਕੀਤੀ ਆ ਤੇ ਮੈਂ ਪਰਵਾਹ ਨਹੀਂ ਕਰਦਾ ਕੋਈ ਕੋਈ ਦਿੱਕਤ ਜੋ ਜਿਹੜਾ ਕੋਈ ਕਹਿੰਦਾ ਕਹੀ ਜਾਵੇ ਬਿਲਕੁਲ ਜੀ ਇਹ ਚੀਜ਼ ਨੂੰ ਨਹੀਂ ਲਿਆ ਵੀ ਬੰਦਾ ਇੱਧਰ ਆ ਕੇ ਪੰਜਾਬ ਨੂੰ ਅਪਣਾਇਆ ਉਹਨੇ ਆਪਦੇ ਪਿੰਡ ਨੂੰ ਅਪਣਾਇਆ ਦੇਖੋ ਜੀ ਜਿਹੜੀ ਹੈਗੀ ਆ ਅਪਣਾਉਣ ਦੀ ਗੱਲ ਆ ਜੇ ਮੈਂ ਅਪਣਾਇਆ ਮੈਨੂੰ ਤਾਂ ਅੱਜ ਪਾਗਲ ਹੀ ਕਹਿਣਗੇ ਕਿਉਂਕਿ 99% ਤਾਂ ਲੋਕੀ ਪਾਸਪੋਰਟ ਚੱਕ ਕੇ ਤੇ ਆਪਣੇ ਜੰਟਾਂ ਦੇ ਮਗਰ ਫਿਰਦੇ ਆ ਬਿਲਕੁਲ ਕਿਸੇ ਨਾ ਕਿਸੇ ਤਰੀਕੇ ਸਾਡਾ ਬਾਹਰ ਦਾ ਬਣ ਜੇ ਜਦੋਂ 99% ਲੋਕ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਚਲੇ ਗਏ ਆ ਜੇ ਉਦੋਂ ਇੱਕ ਵਾਪਸ ਆ ਰਿਹਾ ਤੂੰ ਪਾਗਲ ਹੀ ਹੋਊਗਾ ਨਾ ਆਪਦੇ ਆਪ ਨੂੰ ਕਦੇ ਲੱਗਿਆ ਵੀ ਪੰਗਾ ਲੈ ਲਿਆ ਇੱਧਰ ਆ ਕੇ ਨਹੀਂ ਮੈਂ ਕਦੀ ਜ਼ਿੰਦਗੀ ਨੂੰ ਇੰਜੋਏ ਕਰਨਾ ਜੀ ਜ਼ਿੰਦਗੀ ਨੂੰ ਤੁਸੀਂ ਇੰਜੋਏ ਹੰਡਾਉਣ ਆਏ ਆ ਨਾ ਕਿ ਲੋਕਾਂ ਦਾ ਮਨੋਰੰਜਨ ਕਰਨਾ ਹੈ ਅੱਛਾ ਇੱਕ ਗੱਲ ਹੋਰ ਦੱਸਿਓ ਉਹ ਜ਼ਿੰਦਗੀ ਉੱਧਰ ਦੀ ਜਿਹੜੀ ਹੈਗੀ ਆ ਬਤਾਈ ਆ ਲੰਬਾ ਕਿੰਨਾ ਸਮਾਂ ਉੱਧਰ ਰਹੇ ਹੋ ਮੈਂ ਤਕਰੀਬਨ ਜੀ 24-25 ਸਾਲ 24-25 ਸਾਲ ਉੱਧਰ ਦੀ ਜ਼ਿੰਦਗੀ ਬਤਾਈ ਆ ਚੰਗੇ ਬਿਜ਼ਨਸ ਸਭ ਕੁਛ ਓਕੇ ਹੈ ਨਾ ਬਿਲਕੁਲ ਉਹ 24-25 ਸਾਲ ਚੰਗੇ ਸੀ ਜਾਂ ਲੋਕਡਾਊਨ ਤੋਂ ਬਾਅਦ ਇੱਥੇ ਆ ਕੇ ਰਹਿ ਰਹੇ ਹੋ ਇੱਥੇ ਆਪਦਾ ਜਿਹੜਾ ਹੈਗਾ ਆਹ ਜ਼ਿੰਦਗੀ ਬਤੀਤ ਕਰ ਰਹੇ ਹੋ ਇਹ ਚੰਗੀ ਲੱਗਦੀ ਆ ਜਸ ਬਾਈ ਜੇ ਸੱਚ ਦੱਸਾਂ ਤਾਂ ਜਿਹੜੇ ਉਹ ਪਿਛਲੇ ਸਮਾਂ ਉੱਥੇ ਆਪਾਂ ਰਹੇ ਹਾਂ ਵੈਸੇ ਮੈਂ ਜ਼ਿਆਦਾ ਟਾਈਮ ਉੱਥੇ ਰਿਹਾ ਨਹੀਂ ਮੈਂ ਹਰ ਸਾਲ ਹੀ ਇੱਥੇ ਮਹੀਨਾ ਆਉਂਦਾ ਰਿਹਾ ਵੀ ਮੈਂ ਇਹ ਨਹੀਂ ਕਹਿ ਸਕਦਾ ਮੈਂ 24-25 ਸਾਲ ਬਾਅਦ ਹੀ ਵਾਪਸ ਆਇਆ ਮੈਂ ਆਉਂਦਾ ਹਰ ਸਾਲ ਹੀ ਰਿਹਾ ਪਰ ਜਿਹੜੇ ਉਹ ਸਮਾਂ ਮੈਂ ਉੱਥੇ ਜਾਂਦਾ ਵਾਂ ਮੈਨੂੰ ਉਹ ਮਤਲਬ ਕਿ ਖੁੱਲ੍ਹਾ ਪਾਣੀ ਉੱਥੇ ਮਿਲਦਾ ਹੈ ਨਾ ਜਦੋਂ ਤੁਸੀਂ ਇੱਥੇ ਪੰਜਾਬ ਦੀ ਧਰਤੀ 'ਤੇ ਆ ਜਾਂਦੇ ਆ ਪੰਜਾਬ ਦੇ ਚਾਹੇ ਮੇਰੇ ਨਾਲ ਲੋਕ ਉਹ ਮਿਲਣ ਨਾ ਮਿਲਣ ਚਾਹੇ ਮੇਰੇ ਨਾਲ ਵਰਤਣ ਚਾਹੇ ਨਾ ਵਰਤਣ ਚਾਹੇ ਉਹ ਲੋਕ ਮੈਨੂੰ ਪਸੰਦ ਕਰਨ ਚਾਹੇ ਨਾ ਕਰਨ ਪਰ ਮੈਨੂੰ ਆਪਣੇ ਲੱਗਦੇ ਆ ਕਿਉਂਕਿ ਮੈਂ ਇੱਥੇ ਆਪਦਾ ਬਚਪਨ ਗਾਇਆ ਮੈਨੂੰ ਐਂ ਲੱਗਦਾ ਵੀ ਇਹ ਮੇਰੇ ਆਪਣੇ ਆ ਉੱਥੇ ਜਿਨ੍ਹਾਂ ਦੇ ਵੀ ਹੈਗੇ ਆ ਹਰ ਇੱਕ ਦਾ ਮਤਲਬ ਕਿ ਕੰਮ ਨਾਲ ਮਤਲਬ ਆ ਚਾਹੇ ਕੋਈ ਰਿਸ਼ਤੇਦਾਰ ਵੀ ਹੁੰਦਾ ਹੈ ਨਾ ਤਾਂ ਉਹਨਾਂ ਨੇ ਕੰਮ ਦੀਆਂ ਗੱਲਾਂ ਹੀ ਕਰਨੀਆਂ ਆਪਣਾ ਆਪਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਅੱਛਾ ਇੱਕ ਚੀਜ਼ ਹੋਰ ਆ ਹੁਣ ਇੱਥੇ ਮੈਂ ਦੇਖ ਰਿਹਾ ਸੀ ਜਿਵੇਂ ਵੀ ਇੱਥੇ ਆਪਣੀਆਂ ਡੱਗੀਆਂ ਦੇ ਹੁਣ ਤਾਂ ਵੱਡਾ ਸਵੀਮਿੰਗ ਪੂਲ ਬਣਾਤਾ ਸਵੀਮਿੰਗ ਪੂਲ ਬਣਾਇਆ ਹੋਇਆ ਬਿਲਕੁਲ ਜੀ ਬਿਲਕੁਲ ਸਵੀਮਿੰਗ ਪੂਲ ਬਣਾਇਆ ਉਹ ਉਸ ਤਰ੍ਹਾਂ ਵੀ ਇੱਕ ਤਾਂ ਸ਼ੌਂਕ ਸੀਗਾ ਅਤੇ ਦੂਸਰਾ ਜਿਹੜਾ ਹੈਗਾ ਵੀ ਉਹ ਅੱਜ ਕੱਲ੍ਹ ਦੀ ਜਿਹੜੀਆਂ ਆਹ ਪ੍ਰੀ ਵੈਡਿੰਗ ਲੋਕੇਸ਼ਨ ਵਗੈਰਾ ਹੈਗਾ ਕੁਛ ਇਹਨਾਂ ਦੇ ਕਨਸੈਪਟ ਦੇ ਵਿੱਚ ਵੀ ਉਹਦੀ ਯੂਜ ਹੋ ਜਾਂਦੀ ਵੀ ਉਹ ਕਨਸੈਪਟ ਅੱਛਾ ਕਿੰਨਾ ਏਰੀਆ ਬਗਲ ਲਿਆ ਫਿਰ ਇਹ ਜਸ ਬਾਈ ਤਕਰੀਬਨ ਆਪਣੇ ਕੋਲ ਹਾਫ ਹਾਫ ਏਕੜ ਦੇ 5 ਬਲਾਕ ਆ 2.5 ਏਕੜ ਢਾਈ ਏਕੜ ਇਹ ਅੱਛਾ ਇੱਕ ਹੋਰ ਤੁਸੀਂ ਦੱਸ ਰਹੇ ਕਹਿੰਦੇ ਜਿਵੇਂ ਹੁਣ ਕੋਈ ਦੋਸਤ ਆ ਕੇ ਇੱਕ ਗੱਲ ਹੋਰ ਆ ਕਹਿੰਦੇ ਤੁਸੀਂ ਮਤਲਬ ਜਿਹੜਾ ਵੀ ਕੋਈ ਤੁਹਾਨੂੰ ਕੁਛ ਕਹਿੰਦਾ ਸੀ ਮਗਰ ਲੱਗ ਜਾਂਦੇ ਉਹ ਬਿਲਕੁਲ ਜੀ ਕਿਉਂਕਿ ਮੈਨੂੰ ਹੁਣ ਇੱਥੋਂ ਲੰਮਾ ਟਾਈਮ ਹੋ ਗਿਆ ਨਾ ਗਏ ਨੂੰ ਸੋ ਮੈਨੂੰ ਇਦਾਂ ਲੱਗਦਾ ਵੀ ਹੋ ਸਕਦਾ ਵੀ ਇਹਨਾਂ ਜਿਹੜੇ ਹੁਣ ਅੱਜ ਦਾ ਬਿਜ਼ਨਸ ਹੈਗਾ ਹੈ ਇਹਨਾਂ ਦੀ ਇਹ ਜ਼ਰੂਰਤ ਹੋਊਗੀ ਸੋ ਮੈਂ ਉਹਨਾਂ ਦੇ ਮੁਤਾਬਕ ਜੇ ਉਹਨੂੰ ਮੈਨੂੰ ਲੱਗਦਾ ਵੀ ਸ਼ਾਇਦ ਵੀ ਇਹਦੇ ਕਰਕੇ ਬਿਜ਼ਨਸ ਜਿਹੜਾ ਹੈਗਾ ਵੀ ਹੋਰ ਜ਼ਿਆਦਾ ਹਾਈ ਉੱਪਰ ਜਾਂਦਾ ਹੈ ਨਾ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਇਸ ਕਰਕੇ ਮੈਂ ਉਹਨਾਂ ਦੀ ਪਰ ਹੁਣ ਮੈਨੂੰ ਥੋੜ੍ਹਾ ਥੋੜ੍ਹਾ ਪਤਾ ਲੱਗ ਗਿਆ